ਹੁਣ ਸ਼ੇਰਨੀਆਂ ਬਣ ਕੇ ਹੋਰ ਵੀ ਉੱਤਰ ਜਾਵਾਂਗੇ ਸਰਕਾਰ ਦੀ ਇੱਟ ਨਾਲ ਇੱਟ ਵਜਾਵਾਂਗੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਸਾਡਾ ਆਉਣ ਵਾਲਾ ਕਦਮ ਜੀ ਅਸੀਂ ਰੋੜਾ ਜਾਮ ਕਰਾਂਗੇ ਤੇ ਅਸੀਂ ਪਟਿਆਲੇ ਜਿਹੜੇ ਅਸੀਂ ਕੈਪਟਨ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਚੰਡੀਗੜ੍ਹ ਵੀ ਅਸੀਂ ਜਾਵਾਂਗੇ ਉੱਥੇ ਵੀ ਘਰਾਓ ਕਰਾਂਗੇ ਤੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਦਿੱਲੀ ਵੀ ਜਾਵਾਂਗੇ ਉੱਥੇ ਵੀ ਘਰਾਓ ਕਰਾਂਗੇ ਜਿਹੜਾ ਕਰੋਨਾ ਮੁਕਤ ਹੋਇਆ ਕਰੋਨਾ ਮੁਕਤ ਪੰਜਾਬ ਉਹ ਆਸਾ ਵਰਕਰ ਦੇ ਸਿਰ ਤੇ ਹੀ ਹੋਇਆ ਇਹ ਜਿਹੜੇ ਏਸੀਆਂ 'ਚ ਬੈਠਣ ਵਾਲੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਆਸਾ ਵਰਕਰ ਡੋਰ ਟੂ ਡੋਰ ਜਾਂਦੀ ਆ ਪਰ ਇਹਦਾ ਬਣਦਾ ਮਾਣ ਪੱਤਾ ਨਹੀਂ ਦਿੱਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਨਾਰਿਆਂ ਦੀ ਆਵਾਜ਼ ਜਿਹੜੀ ਤੁਹਾਨੂੰ ਸੁਣਾਈ ਦੇ ਰਹੀ ਹੋਏਗੀ ਤਸਵੀਰਾਂ ਤੁਹਾਨੂੰ ਦਿਖਾਉਣਾ ਇੱਕ ਵਾਰ ਅੱਜ ਲੁਧਿਆਣਾ ਡੀਸੀ ਆਫਿਸ ਲੁਧਿਆਣਾ ਦੇ ਵਿੱਚ ਜਿਹੜੀਆਂ ਆਸ਼ਾ ਵਰਕਰਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੀਆਂ ਨੇ ਮੰਗ ਇਹ ਹੈ ਕਿ ਅਗਰ ਸਾਡਾ ਸੂਬਾ ਗਵਾਂਢੀ ਹਰਿਆਣਾ ਆਸ਼ਾ ਵਰਕਰਾਂ ਨੂੰ ਭੱਤੇ ਦੇ ਸਕਦਾ ਹੈਗਾ ਇਹਨਾਂ ਦੇ ਮੁਤਾਬਿਕ ਤਾਂ ਪੰਜਾਬ ਸਰਕਾਰ ਹੁਣ ਤੱਕ ਇਹਨਾਂ ਨੂੰ ਕਿਉਂ ਟਾਲਦੀ ਆਈ ਹੈ ਅਤੇ ਗੁੱਸਾ ਜਿਹੜਾ ਹੈਗਾ ਬਹੁਤ ਜ਼ਿਆਦਾ ਰੋਸ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਅਤੇ ਗੱਲਬਾਤ ਕਰਦੇ ਹਾਂ ਕਿ ਕੀ ਉਹ ਇੱਦਾਂ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਹਾਲੇ ਤੱਕ ਪੂਰਾ ਨਹੀਂ ਕਰ ਸਕੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਤਸਵੀਰਾਂ ਲੁਧਿਆਣਾ ਦੇ ਡੀਸੀ ਆਫਿਸ ਦੀਆਂ ਨੇ ਆਸ਼ਾ ਵਰਕਰਸ ਜਿਹੜੀਆਂ ਭੈਣਾਂ ਨੇ ਅੱਜ ਡੀਸੀ ਆਫਿਸ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਪਲੇਟਾਂ ਤੇ ਚਮਚੇ ਜਿਹੜੇ ਫੜੇ ਹੋਏ ਨੇ ਔਰ ਇਹਨਾਂ ਵੱਲੋਂ ਜਿਹੜਾ ਕੀ ਰੋਸ ਹੈ ਕੀ ਮੰਗ ਹੈ ਲੈ ਕੇ ਡੀਸੀ ਆਫਿਸ ਲੁਧਿਆਣਾ 'ਚ ਪਹੁੰਚੇ ਨੇ ਉਹ ਸਾਰੀ ਗੱਲਬਾਤ ਅਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੈਂ ਮਲੇਰਕੋਟਲਾ ਬਲਾਕ ਤੋਂ ਭੋਲੀ ਪ੍ਰਧਾਨ ਬੋਲਦੀ ਹਾਂ ਪ੍ਰਧਾਨ ਜੀ ਅੱਜ ਜਿਹੜੇ ਇੱਥੇ ਆਸ਼ਾ ਵਰਕਰਸ ਪਹੁੰਚੀਆਂ ਨੇ ਪੂਰੇ ਪੰਜਾਬ ਤੋਂ ਪਹੁੰਚੇ ਨੇ ਹਾਂਜੀ ਵੱਖ ਵੱਖ ਜ਼ਿਲ੍ਹਿਆਂ ਤੋਂ ਆਸ਼ਾ ਵਰਕਰ ਪਹੁੰਚੀਆਂ ਨੇ ਇੱਥੇ ਇਹ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਪਹੁੰਚੇ ਹਾਂ ਅਸੀਂ ਇੱਥੇ ਗੁੰਗੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਇਹ ਜਿਹੜੀ ਇੱਕ ਆਸ਼ਾ ਵਰਕਰ ਯੂਨੀਅਨ ਆ ਆਸ਼ਾ ਵਰਕਰਾਂ ਨੇ ਇਹ 24 ਘੰਟੇ ਡਿਊਟੀ ਕਰਦੀਆਂ ਨੇ ਇਹਨਾਂ ਨੂੰ ਅਣਦੇਖਿਆ ਕੀਤਾ ਜਾਂਦਾ ਜਿਹੜਾ ਕਰੋਨਾ ਮੁਕਤ ਹੋਇਆ ਕਰੋਨਾ ਮੁਕਤ ਪੰਜਾਬ ਉਹ ਆਸ਼ਾ ਵਰਕਰ ਦੇ ਸਿਰ ਤੇ ਹੀ ਹੋਇਆ ਇਹ ਜਿਹੜੇ ਏਸੀਆਂ 'ਚ ਬੈਠਣ ਵਾਲੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਆਸ਼ਾ ਵਰਕਰ ਡੋਰ ਟੂ ਡੋਰ ਜਾਂਦੀ ਆ ਪਰ ਇਹਦਾ ਬਣਦਾ ਮਾਣ ਪੱਤਾ ਨਹੀਂ ਦਿੱਤਾ ਜਾਂਦਾ ਸਰਕਾਰਾਂ ਵਾਅਦੇ ਕਰਕੇ ਮੁਕਰ ਜਾਂਦੀਆਂ ਨੇ ਪਰ ਅਸੀਂ ਹੁਣ ਇੰਨਾ ਤਿੱਖਾ ਸੰਘਰਸ਼ ਕਰਾਂਗੇ ਸਾਨੂੰ ਜਾਨਾਂ ਦੇਣੀਆਂ ਪਈਆਂ ਅਸੀਂ ਜਾਨਾਂ ਦੇਣ ਨੂੰ ਵੀ ਤਿਆਰ ਹਾਂ ਪ੍ਰਧਾਨ ਜੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਤੁਹਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਕਈ ਵਾਰ ਜਿਹੜਾ ਵਾਅਦੇ ਵੀ ਕੀਤੇ ਗਏ ਪਰ ਵਾਅਦੇ ਅਜੇ ਤੱਕ ਜਿਹੜੇ ਪੂਰੇ ਨਹੀਂ ਹੋਏ ਕੀ ਕਹਿਣਾ ਚਾਹੁੰਦੇ ਹੋ ਇਹ ਸਰਕਾਰਾਂ ਦੀਆਂ ਨਲਾਇਕੀਆਂ ਨੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਵਾਅਦੇ ਤਾਂ ਇਹ ਕਰ ਲੈਂਦੀਆਂ ਨੇ ਪਰ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਹੈਗੇ ਅਸੀਂ ਸਾਡਾ ਹੱਕ ਆ ਜਿਹੜਾ ਅਸੀਂ ਆਪਦਾ ਹੱਕ ਇੱਕੇ ਨਾਲ ਲਵਾਂਗੇ ਮੈਂ ਚਾਹੁੰਦਾ ਕਿ ਇੱਕ ਵਾਰ ਦਰਸ਼ਕਾਂ ਨੂੰ ਵੀ ਆਪਣੀਆਂ ਜਿਹੜੀਆਂ ਤੁਹਾਡੇ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਉਹ ਸੇਵਾਵਾਂ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ ਕਿ ਲੋਕਡਾਊਨ ਦੇ ਦੌਰਾਨ ਜਾਂ ਵੈਸੇ ਆਸ਼ਾ ਵਰਕਰਸ ਜਿਹੜੀਆਂ ਨੇ ਉਹ ਕੀ ਸਮਾਜ ਦੇ ਵਿੱਚ ਸੇਵਾ ਨਿਭਾ ਰਹੀਆਂ ਇੱਕ ਜਿਹੜੀ ਆਸ਼ਾ ਵਰਕਰ ਆ ਇੱਕ ਹੈਲਥ ਡਿਪਾਰਟਮੈਂਟ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਆ ਪਰ ਇਹਨੂੰ ਰੀੜ ਦੀ ਹੱਡੀ ਨੂੰ ਅਣਦੇਖਿਆ ਕੀਤਾ ਜਾਂਦਾ ਆਸ਼ਾ ਵਰਕਰ ਕੀ ਸੇਵਾਵਾਂ ਨਹੀਂ ਕਰਾਉਂਦੀ ਇੱਕ ਗਰਭਵਤੀ ਔਰਤ ਹੁੰਦੀ ਆ ਉਹਨੂੰ ਖੂਨ ਦੀ ਕਮੀ ਆ ਗਈ ਤਾਂ ਆਸ਼ਾ ਵਰਕਰ ਨੇ ਹੀ ਲੈ ਕੇ ਜਾਣਾ ਹੈ ਜੇ ਕੋਈ ਉਹਨੂੰ ਦਿੱਕਤ ਆ ਜਾਂਦੀ ਆ ਕੋਈ ਐਸੀ ਗੱਲ ਹੋ ਜਾਂਦੀ ਆ ਤਾਂ ਡੀਸੀ ਦਫ਼ਤਰ ਤੇ ਪਹੁੰਚੋ ਤਰੀਕਾਂ ਤੇ ਕੌਣ ਜਾਂਦੀ ਆ ਆਸ਼ਾ ਵਰਕਰ ਤੇ ਏਐਨਐਮ ਇਹਦੇ ਵਿੱਚੋਂ ਡਾਕਟਰ ਵੀ ਕੱਢ ਦਿੱਤੇ ਗਏ ਨੇ ਆਸ਼ਾ ਤਾਂ ਇੱਕ ਡੋਰ ਟੂ ਡੋਰ ਜਾ ਕੇ ਸੇਵਾਵਾਂ ਪ੍ਰਦਾਨ ਕਰਦੀ ਆ ਪਰ ਉਹਨੂੰ ਇੰਨਾ ਅਣਦੇਖਿਆ ਕੀਤਾ ਜਾਂਦਾ ਕਿ ਆਸ਼ਾ ਵਰਕਰ ਨੂੰ ਕੋਈ ਇਹ ਹੱਕ ਜਿਹੜਾ ਜਿੰਨਾ ਅਸੀਂ 24 ਘੰਟੇ ਡਿਊਟੀ ਕਰਦੇ ਹਾਂ ਸਾਨੂੰ ਉਹ ਹੱਕ ਨਹੀਂ ਮਿਲਦਾ ਹੈਗਾ ਸਰਕਾਰਾਂ ਨੂੰ ਅਸੀਂ ਇਹੀ ਚੇਤਾਵਨੀ ਦਿੰਦੇ ਹਾਂ ਕਿ ਜੇ ਸਾਡੇ ਨੋਟੀਫਿਕੇਸ਼ਨ ਜਾਰੀ ਨਾ ਕੀਤੇ 4000 ਹਰਿਆਣਾ ਪੈਟਰਨ ਤੇ ਪਲੱਸ ਇਨਸੈਂਟਿਵ ਡੀਸੀ ਰੇਟ ਤੇ 15000 ਰੁਪਈਆ ਮਿਨੀਮਮ ਪੇ ਸਾਨੂੰ ਲਾਗੂ ਕੀਤੀ ਜਾਵੇ ਨਹੀਂ ਅਸੀਂ ਬਹੁਤ ਤਿੱਖੇ ਸੰਘਰਸ਼ ਕਰਾਂਗੇ ਸਾਡੀਆਂ ਕੁੜੀਆਂ ਵਿੱਚ ਇੰਨਾ ਰੋਸ ਪਾਇਆ ਜਾਂਦਾ ਕਿ ਪੂਰੀਆਂ ਸਾਰੀਆਂ ਕੁੜੀਆਂ ਸੜਕਾਂ ਤੇ ਉਤਰਨ ਲਈ ਤਿਆਰ ਆ ਤੇ ਦੇਰ ਸਵੇਰ ਵੀ ਤੁਹਾਨੂੰ ਘਰੇ ਜਾਣਾ ਪੈਂਦਾ ਕਿਉਂਕਿ ਬਹੁਤ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਜਿਹੜੀਆਂ ਸਾਡੀਆਂ ਭੈਣਾਂ ਨੇ ਇਸ ਫੀਲਡ ਦੇ ਵਿੱਚ ਕੰਮ ਕਰਦੀਆਂ ਹਾਂਜੀ ਦੂਰ ਦੂਰ ਪਿੰਡਾਂ ਤੋਂ ਕੁੜੀਆਂ ਆਉਂਦੀਆਂ ਨੇ ਕੋਈ ਰਾਤ ਨੂੰ 1 ਵਜੇ ਲਾ ਲਓ ਕੋਈ ਪੇਸ਼ੈਂਟ ਢਿੱਲਾ ਹੋ ਗਿਆ ਤਾਂ ਚਲੋ ਜੀ ਆਸ਼ਾ ਵਰਕਰ ਨਾਲ ਜਾਂਦੀ ਆ ਕੋਈ ਰਾਜਨੀਤਿਕ ਪਾਰਟੀ ਸਾਹਮਣੇ ਨਹੀਂ ਆਈ ਅਜੇ ਤੱਕ
ना जी कोई राजनीतिक पार्टी कोई साडे सामने नहीं आई हैगी हजे तक साडे इन्ना रोस आ कि असी बहुत लास्ट जेड़ा बलबीर सिद्धू जेड़े साडे सेहत मंत्री ने उहनां वल्लों की वादा कीता गया सी उन्होंने वादा किया कि हुण तां दुबारा दिवाली भी आने वाली होगी उन्होंने ये कहा भी दिवाली ते तुहानूं गिफ्ट दिता जाऊगा एक तां तुहानूं स्मार्टफोन दिते जाणगे एक 4000 हरियाणा पैटर्न वह भी थोनू लागू की जाऊगी पर उहदा कोई भी अज तुसीं जिहड़ा मंग पत्र देण तों बाद जिहड़ा रोड ते भी प्रोटेस्ट करोगे कोई सड़क वगैरह भी जाम की जाएगी हाँ जी जे साडा मंग पत्र सही तरीके नाल नहीं फड़िया जांदा तां असीं बहुत तिखा संघर्ष करांगे असीं रोड जाम करांगे सड़कां ते सारियां कुड़ियां उतर शांतमई तरीके नाल प्रदर्शन नहीं नहीं शांतमई तरीके नाल नहीं करदे असीं बहुत भड़के होए आ बहुत जिहड़ा तुसीं देख रहे हो कि अंदर जिहड़ियां भावनावां ने उह बाहर आ रहियां ने सो प्रधान जी जिहड़े आशा वर्करां दे नाल साडे मौजूद ने उहनां नाल भी गलबात करदे आ प्रधान जी बहुत ज़्यादा जिहड़ा रोस देखण नूं मिल रहा अज बहुत वड्डी संख्या दे विच जिहड़ियां आशा वर्कर भैणां मैं कहिंदा अज तों पहलां इन्ना इकट्ठ असीं देखिया नहीं की कहिणा चाहुंदे हो ये जी जिहड़ी सरकार है सरकार इन्ना मतलब इकट्ठ देख के भी मैं सोचती हाँ कि भी जाग जाए तो ज़्यादा वधिया ये साढ़ा 100 दे विचों एक 25% आईया 75% हजे भी पेंडिंग आ वो इस करके पेंडिंग आ कई भैणों असी मना किया कि भी हजे जिदा कोविड महामारी चल रही आ कि भी तुसी कोई गल नहीं कोविड इंजैक्शन 3.5 दिन बाद वैक्सीन आई है असी उन्हां दी ड्यूटी लाई है भी तुसी अपना काम असी वह भी नहीं छड़ना जिहड़ा सरकार ने सानू काम दिता असी वह भी नहीं छड़ना भी अपना अपना काम करो वो जिदा हरेक डिस्पेंसरी विच जे 10 आशा आ उन्हां विचों 3 आई हैं 8 आशा हजे ਜਾ 7 ਆਸ਼ਾ ਉੱਥੇ ਹੀ ਆ ਕਹਿੰਦਾ ਮਤਲਬ ਕਿ ਤੁਸੀਂ ਕੰਮ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਲੋਕਾਂ ਨੂੰ ਵੀ ਜਿਹੜੀ ਪਰੇਸ਼ਾਨੀ ਨਾ ਹੋਵੇ ਔਰ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਤੁਸੀਂ ਸਰਕਾਰ ਤੱਕ ਪਹੁੰਚਾ ਸਕੋ ਤੇ ਤੁਹਾਡਾ ਜਿਹੜਾ ਪ੍ਰੋਟੈਸਟ ਵੀ ਜਾਰੀ ਰਹੇ ਅਗਰ ਸਰਕਾਰ ਅਜੇ ਵੀ ਲੇਟ ਕਰਦੀ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਤੁਹਾਡਾ ਇਹ ਪ੍ਰੋਟੈਸਟ ਚੱਲ ਰਿਹਾ ਹੈਗਾ ਅਜੇ ਵੀ ਅਗਰ ਇਹ ਠੰਡੇ ਬਸਤੇ 'ਚ ਪਿਆ ਰਹਿੰਦਾ ਤਾਂ ਆਉਣ ਵਾਲਾ ਜਿਹੜਾ ਤੁਹਾਡਾ ਕਦਮ ਕੀ ਹੋਏ ਸਾਡਾ ਆਉਣ ਵਾਲਾ ਕਦਮ ਜੀ ਅਸੀਂ ਰੋੜਾ ਜਾਮ ਕਰਾਂਗੇ ਤੇ ਅਸੀਂ ਪਟਿਆਲੇ ਜਿਹੜੇ ਅਸੀਂ ਕੈਪਟਨ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਚੰਡੀਗੜ੍ਹ ਵੀ ਅਸੀਂ ਜਾਵਾਂਗੇ ਉੱਥੇ ਵੀ ਘਰਾਓ ਕਰਾਂਗੇ ਤੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਦਿੱਲੀ ਵੀ ਜਾਵਾਂਗੇ ਉੱਥੇ ਵੀ ਘਰਾਓ ਕਰਾਂਗੇ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਜਾਂ ਵਿਰੋਧੀ ਪਾਰਟੀ ਵੱਲੋਂ ਵੀ ਨਹੀਂ ਤੁਹਾਡੇ ਹੱਕ 'ਚ ਕਿਸੇ ਨੇ ਹਾਂ ਦਾ ਨਾਂ ਮਾਰਿਆ ਨਾ ਜੀ ਸਾਨੂੰ ਹਜੇ ਤੱਕ ਤਾਂ ਕਿਸੇ ਨੇ ਨਹੀਂ ਹੈ ਸੁੱਤੀ ਪਈ ਸਰਕਾਰ ਪਤਾ ਨਹੀਂ ਉੱਠੇਗੀ ਵੀ ਕਿ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ 2008 ਤੋਂ ਮੇਰੀਆਂ ਭੈਣਾਂ ਜਿਹੜੀਆਂ ਨਗੁੰਨੇ ਜਿਹੇ ਭੱਤੇ ਦੇ ਵਿੱਚ ਇੱਕ ਕੰਮ ਕਰ ਰਹੀਆਂ ਕੋਈ ਅਸੀਂ ਇਹਨਾਂ ਕੋਲ ਹਜ਼ਾਰਾਂ ਰੁਪਈਏ ਨਹੀਂ ਮੰਗਦੇ ਅਸੀਂ ਕੀ ਆ ਸਿਰਫ 4000 ਹਰਿਆਣਾ ਪੈਟਰਨ ਜੇ ਹਰਿਆਣੇ ਵਾਲੇ 4000 ਦੇ ਸਕਦੇ ਆ ਇਹ ਸਰਕਾਰ ਕਿਉਂ ਮਰੀ ਹੋਈ ਆ ਇਹ ਕਿਉਂ ਸੁੱਤੀ ਪਈ ਸਰਕਾਰ ਸਿੱਧੂ ਦੇ ਪ੍ਰਧਾਨ ਬਣਨ ਤੇ ਕੁਝ ਆਸ ਜਾਗੀ ਆਸਾ ਵਰਕਰਾਂ ਦੇ ਵਿੱਚ ਜੀ ਸਾਨੂੰ ਤਾਂ ਇਹਨਾਂ ਦੇ ਉੱਤੇ ਜਿੱਦਾਂ ਜੋ ਕੁਛ ਇਹ ਕਰ ਗਏ ਆ ਸਾਨੂੰ ਤਾਂ ਦੀਦਾ ਪਿਆ ਕਿ ਉਹੀ ਕੁਛ ਉਹ ਹੋਊਗਾ ਕਿਉਂਕਿ ਜੇ ਉਹ ਸਾਡਾ ਜ਼ਰੂਰੀ ਨਹੀਂ ਕਿ ਚੋਣਾਂ ਵਿੱਚ ਖੜ ਕੇ ਉਹ ਸਾਡਾ ਸਾਥ ਦੇਣਗੇ ਉਹ ਵੈਸੇ ਵੀ ਸਾਡਾ ਸਾਥ ਦੇ ਸਕਦੇ ਸੀਗੇ ਅਸੀਂ 2008 ਤੋਂ ਅਸੀਂ ਰੋਂਦੇ ਆ ਰਹੇ ਹਾਂ ਸਾਡੇ ਬੱਚੇ ਰੋਲਦੇ ਆ ਰਹੇ ਆ 2008 ਤੋਂ ਦਿਨ ਰਾਤ 24 ਘੰਟੇ ਅਸੀਂ ਇਹਨਾਂ ਦਾ ਸਿਆਪਾ ਕਰਦੇ ਹਾਂ ਅਸੀਂ ਡਿਊਟੀ ਕਰਦੇ ਹਾਂ ਪਰ ਇਹ ਸਰਕਾਰ ਦੇ ਕੀ ਸਾਨੂੰ ਰਹੀ ਆ ਅਗਰ ਜ਼ਰੂਰੀ ਨਹੀਂ ਆ ਜੇ ਕਿ ਮੈਂ ਇਲੈਕਸ਼ਨ ਦੇ ਵਿੱਚ ਖੜਾਂ ਮੈਂ ਇਲੈਕਸ਼ਨ ਦੇ ਵਿੱਚ ਖੜ ਕੇ ਮੈਂ ਇਹਨਾਂ ਦੀ ਮਦਦ ਕਰਾਂ ਉਹ ਮੇਰਾ ਇਨਸਾਫ ਨਹੀਂ ਆ ਇਨਸਾਫ ਉਹ ਆ ਇਲੈਕਸ਼ਨ ਦੇ ਵਿੱਚੋਂ ਅਸੀਂ ਵੋਟ ਉਹਨੂੰ ਤਾਂ ਪਾਉਂਦੇ ਵੀ ਜੇ ਇਲੈਕਸ਼ਨ ਤੋਂ ਪਹਿਲਾਂ ਖੜ ਕੇ ਸਾਡੇ ਨਾਲ ਖੜੇ ਹੁੰਦੇ ਸਾਡੇ ਹੱਕਾਂ ਵਾਸਤੇ ਲੜਦੇ ਅਸੀਂ ਤਾਂ ਕਹਿੰਦੇ ਵੀ ਹਾਂ ਇਹ ਅੱਗੇ ਤੋਂ ਇਹ ਵੀ ਕਾਮਯਾਬ ਸਾਨੂੰ ਕਰ ਸਕਣਗੇ ਤਾਂ ਅਸੀਂ ਇਹਨਾਂ ਨੂੰ ਵੀ ਕਾਮਯਾਬ ਕਰੀਏ ਪ੍ਰਸ਼ਾਸਨ ਵੱਲੋਂ ਮੈਂ ਦੇਖ ਰਿਹਾ ਬਾਰ ਬਾਰ ਤੁਹਾਨੂੰ ਜਿਹੜਾ ਇੱਕ ਬੇਨਤੀ ਕੀਤੀ ਜਾ ਰਹੀ ਹੈ ਕਿ ਇਹਨੂੰ ਰਫਾ ਦਫਾ ਕਰੋ ਪ੍ਰੋਟੈਸਟ ਨੂੰ ਉਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਉਹ ਜੀ ਬਿਲਕੁਲ ਇਹ ਰਫਾ ਦਫਾ ਤਾਂ ਉਹ ਕਰਵਾਉਣਾ ਚਾਹੁੰਦੇ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਲੱਗੀਆਂ ਹੋਈਆਂ ਆ ਅਸੀਂ ਇੱਕ ਨਗੂਨੇ ਜੇ ਪੱਤੇ ਦੇ ਉੱਤੇ ਕੰਮ ਕਰਦੇ 2000-2500 ਉਹ ਵੀ ਸਾਡਾ 3-3 ਮਹੀਨੇ 4-4 ਮਹੀਨੇ ਨਹੀਂ ਆਉਂਦਾ ਜਦੋਂ ਇਹਨਾਂ ਨੂੰ ਪੁੱਛੋ ਸਾਡਾ ਇਨਸੈਂਟਿਵ ਨਹੀਂ ਪਿਆ ਇਹ ਕਹਿੰਦੇ ਤੇ ਫੰਡ ਖਤਮ ਹੋ ਗਿਆ ਫੰਡ ਸਿਰਫ ਆਸ਼ਾ ਵਰਕਰ ਵਾਸਤੇ ਕਿਉਂ ਖਤਮ ਹੁੰਦਾ ਬਾਕੀ ਮਹਿਕਮੇ ਵਾਸਤੇ ਨਹੀਂ ਖਤਮ ਹੁੰਦਾ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਜੇ ਤੁਸੀਂ ਨਗੂਨੇ ਜੇ ਇਨਸੈਂਟਿਵ ਦੇ ਉੱਤੇ ਮਤਲਬ ਸਾਨੂੰ ਰੱਖਿਆ ਹੋਇਆ ਤੁਸੀਂ ਉਹ ਵੀ ਨਹੀਂ ਦੇ ਸਕਦੇ ਕੀ ਲੋੜ ਸੀ ਆਸ਼ਾ ਵਰਕਰ ਰੱਖਣ ਦੀ ਕਿ ਅਗਰ ਆਸ਼ਾ ਵਰਕਰਸ ਨਾ ਹੁੰਦੀਆਂ ਤਾਂ ਜਿਹੜਾ ਡਿਲੀਵਰੀ ਡਿਪਾਰਟਮੈਂਟ ਆ ਸਰਕਾਰੀ ਹਸਪੀਟਲਾਂ ਦਾ ਆਸ਼ਾ ਵਰਕਰ ਤੋਂ ਬਿਨਾਂ ਚੱਲ ਸਕਦਾ ਬਿਲਕੁਲ ਜੀ ਬਿਲਕੁਲ ਨਹੀਂ ਜੀ ਕਿਉਂਕਿ ਉਸ ਹਸਪੀਟਲਾਂ ਦੇ ਵਿੱਚ ਕੁੱਤੇ ਮੂਤ ਕੇ ਆਉਂਦੇ ਸੀਗੇ ਜੀ ਸਰਕਾਰੀ ਹਸਪੀਟਲਾਂ ਵਿੱਚ ਕੁੱਤੇ ਮੂਤ ਕੇ ਆਉਂਦੇ ਸੀਗੇ ਜਿਹੜੇ ਕਿ ਅੱਜ ਪੈਰ ਰੱਖਣ ਨੂੰ ਜਗ੍ਹਾ ਨਹੀਂ ਆਸ਼ਾ ਵਰਕਰਾਂ ਦੀ ਖਾਤਰ ਪੈਰ ਰੱਖਣ ਨੂੰ ਜਿਹੜੇ ਜਿਹੜੇ ਜਿਹੜਾ ਏਰੀਆ ਹੈਗਾ ਆਸ਼ਾ ਵਰਕਰ ਭੈਣਾਂ ਦੇ ਕੋਲ ਉਹ ਕਿਹਦੇ ਪਿੱਛੇ ਜਾਂਦੇ ਆ ਸਿਰਫ ਇੱਕ ਆਸ਼ਾ ਵਰਕਰ ਪਿੱਛੇ ਕਿਉਂਕਿ ਉਹ ਉਹਨਾਂ ਦਾ ਇੱਕ ਫੈਮਿਲੀ ਮੈਂਬਰ ਬਣ ਚੁੱਕੀ ਆ ਕੋਈ ਡਾਕਟਰ ਕਹਿ ਦੇਵੇ ਕੋਈ ਇਹਨਾਂ ਪੈਂਜੀ ਕਹਿ ਦੇਵੇ ਕੋਈ ਵੀ ਉਹਨਾਂ ਨੂੰ ਕਹਿ ਦੇਵੇ ਕੋਈ ਮੰਤਰੀ ਖੁਦ ਆ ਕੇ ਕਹਿ ਦੇਵੇ ਕਿਸੇ ਦਾ ਕਹਿਣਾ ਨਹੀਂ ਉਹ ਮੰਨਦੀਆਂ ਸਿਰਫ ਕਿਹਦਾ ਮੰਨਦੀਆਂ ਆਸ਼ਾ ਵਰਕਰ ਭੈਣਾਂ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਹਾਂਜੀ ਹਾਂਜੀ ਅੱਗੇ ਆ ਜਾਓ ਕੀ ਨਾਮ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਰ ਸਾਰੀ ਸਰਕਾਰ ਸਾਰੀ ਹੀ ਦੁਨੀਆ
सब अंदर बढ़ गए थे कि आशा वर्कर ही सी जिहड़ी कि शेर नहीं बन के उतरी सी घर घर लोगों का कुंडा खड़काया उन्हें तो शक आ तो फिर देखो ना भी साढ़े लिए भी सरकार को कुछ चाहिए भी सानू भी साड़िया मंगा भी पूरिया कर साड़ी हाजरी यकीनी बनाउन की मंगा तुसी मंग लिया कि सरकार कहती है कि मैं पूरिया कर दूंगी या लारे लाए जा रहे हैं की इदा दी मंगा तुहाडी असी सरकार नू यह कहने जी साड़ी हाजरी यकीनी बनाई जाए सानू हरियाणा पैटर्न लागू कर देन क्योंकि जेड़े साडा कोरोना दा सानू पैसा अगर साडा सूबा जेड़ा गवांडी सूबा हैगा अगर वह इनू लागू कर सकता तो पंजाब सरकार क्यों नहीं कर सकती बिल्कुल कर सकते हैं पर हुण इन्हां दी इलैक्शनां ने जे कर देणगे वो कर देणगे पर इन्हां ने कुछ नहीं करते साडे लई तां कुछ भी नहीं करते एक आशा वर्कर ने ही हैल्थ डिपार्टमेंट की हैल्प करके इन्ने लोगों नू जोड़िया सी जेकर आशा वर्कर ने ताले लगाते ना पर असी भी हुण शेरनियां बन के होर भी उतर जावांगे सरकार की इट ना इट बजा दांगे जे साडियां मंगां ना पूरियां कीतियां गईयां आने वाला जड़ा प्रोटेस्ट वह ना ही करना पवे तुहाडियां मंगां सरकार मान लवे अगर नहीं मंगां मन्नियां जांदियां तां मन्निया ये कहना जायज है कि जड़ा प्रोटेस्ट आ हिंसावादी भी हो सकदा जी ठीक है जी बहुत बहुत धन्यवाद जी साडे नाल गलबात कर ली सो ये जी पंजाब दी आशा वर्कर्स ने लंबे समय तो अपने हकों की आवाज़ नूं जड़ा बुलंद करन दे लई यतनशील ने ते अज लुधियाणा डीसी ऑफिस लुधियाणा दे विच इन्हां वल्लों अपना प्रोटेस्ट किया गया एक मंग पत्र देण पहुंचियां ने भैणां इस दे विच कोई शक नहीं कि इन्हां दी अगर जे सेवावां की गल की जाए तो उस सेवावां नूं देखदे होए अगर इन्हां दे भत्ते की गल की जाए ता बहुत ही थोड़े पत्ते दे विच बहुत ज़्यादा सेवावां जिहड़ियां भैणां निभाउंदियां ने और लंबे समय तो ये जिहड़ा धरना दे उपर बैठियां ने पहला अपने अपने शहरां दे होस्पिटलां दे विच बैठियां सी ते अज एक मंच ते इकट्ठे होकर पूरे पंजाब तो जिहड़ियां आशा वर्कर लुधियाणा पहुंचियां ने और साफ तौर पर जिहड़ा उन्हां दा गुस्सा उन्हां दीआं गल्लां दे विच झलक रिहा कि अगर सरकार साडियां मंगां नहीं मंनदी सीधे शब्दां दे विच चेतावनी उन्हां ने दित्ती है कि असी सड़कां भी जाम करांगे और कल नूं अगर कोई सरकारी मशीनरी का नुकसान हुंदा जां कुछ हुंदा तां उसकी जिहड़ी जिम्मेवार भी सरकार होवेगी बाकी सरकार किन्नियां किन्नां दीआं जिहड़ियां मंगां मन्नदी है कदों तक मंगदी है ये तो आने वाला समय ही दसेगा नवें अपडेट नाल फिर दोबारा तुहानूं मिलांगा जी कैमरा परसन हनी दे नाल हरविंदर सिंह ढिल्लों लुधियाणा लाइव।